ਉਮਰ ਹੈਗੀ ਸੀ 31 ਸਾਲ ਸੁਬਹ ਫੋਨ ਲਾਇਆ ਸਾਨੂੰ ਪਿੰਡੋ ਵੀ ਟਰਾਲੇ ਦਾ ਐਕਸੀਡੈਂਟ ਹੋ ਗਿਆ ਆਂਦੇ ਸਾਡੇ ਗੱਲ ਹੋਈ ਨੀ ਬਸ ਘਰੋਂ ਹੀ ਤੁਰਦੇ ਦੀ ਹੋਈ ਜਿਹੜੀ ਜੋ ਵੀ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਆ। ਗਰੀਬ ਘਰ ਦਾ ਬੱਚਾ ਸੀ ਵੀ ਜੋ ਵੀ ਗੌਰਮੈਂਟ ਕਰ ਰਹੀ ਹੈ ਬਹੁਤ ਮਾੜਾ ਕੰਮ ਕਰ ਰਹੀ ਆ। ਵੀ ਅਸੀਂ ਜਿਹੜੇ ਕਿਸਾਨ ਆਪਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨਹੀਂ, ਜੇ ਅਸੀਂ ਆਪਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ। ਪਰ ਜੇ ਕੋਈ ਬਹਿ ਕੇ ਸਾਡੇ ਨਿਬੜਦੇ ਅਸੀਂ ਬਹਿ ਕੇ ਨਿਬੜਨ ਨੂੰ ਤਿਆਰ ਸੀ, ਪਰ ਇਹਨਾਂ ਦੇ ਗੁੰਡੇ ਛੱਡੇ, RSS ਦੇ ਬੰਦਿਆਂ ਨੇ ਜਿਹੜਿਆਂ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਅਤੇ ਹੋਰ ਵੀ ਕਰੀ ਜਾਂਦੇ ਆ। ਅਸੀਂ ਗਾਂ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ, ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ। ਹੋਰ ਅਸੀਂ ਪਿੰਡ ਮਨਸੂਰ ਦੇ ਤਾਂ ਬੋਲਦੇ ਹਾਂ ਵੀ ਜੋ ਵੀ ਅੱਜ ਗੁਰਜੰਟ ਸਿੰਘ ਦੀ ਮੌਤ ਹੋਈ ਆ ਅਸੀਂ ਇਹ 'ਤੇ ਬਹੁਤ ਦੁੱਖ ਪ੍ਰਗਟ ਕਰਦੇ ਹਾਂ। ਬਹੁਤ ਮਾੜੀ ਹੋਈ ਆ, ਗਰੀਬ ਘਰ ਦਾ ਬੱਚਾ ਸੀਗਾ, ਨਿੱਕੇ ਨਿੱਕੇ ਦੇ ਬੱਚੇ ਆ ਅਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਵੱਧ ਤੋਂ ਵੱਧ। ਅਤੇ ਜਿਹੜੇ ਬੰਦੇ ਨੇ ਦੂਜੇ ਕੋਈ ਅਣਗਹਿਲੀ ਕੀਤੀ ਟਰੱਕ ਵਾਲੇ ਨੇ ਉਹ 'ਤੇ ਪਰਚਾ ਵੀ ਹੋਣਾ ਚਾਹੀਦਾ। ਉਮਰ ਹੈਗੀ ਸੀ 31 ਸਾਲ ਹੈਗੀ ਦੋ ਕਿੱਲੇ 2.5 ਬਸ ਹੈਗੀ। ਰਾਤੀ ਗਏ 9 ਵਜੇ ਵਧੀ ਆਉਂਦੇ ਸਾਨੂੰ ਪਿੰਡੋ ਘਰੋਂ ਤੇ ਮੇਰੇ ਨਾਲ ਚਲੇ ਗਏ 8 ਵਜੇ। ਇਹਦਾ ਸੁਬਹ ਫੋਨ ਲਾਇਆ ਸਾਨੂੰ ਪਿੰਡੋ ਵੀ ਆਂਦੇ ਟਰਾਲੇ ਦਾ ਐਕਸੀਡੈਂਟ ਹੋ ਗਿਆ ਵਾ ਆਂਦੇ ਸਾਡੇ ਗੱਲ ਹੋਈ ਨੀ ਬਸ ਘਰੋਂ ਹੀ ਤੁਰਦੇ ਦੀ ਹੋਈ ਜਿਹੜੀ ਜੋ ਵੀ ਘਟਨਾ ਹੋਈ ਹੈ ਬਹੁਤ ਮਾੜੀ ਹੋਈ ਆ। ਗਰੀਬ ਘਰ ਦਾ ਬੱਚਾ ਸੀਗਾ ਵੀ ਜੋ ਵੀ ਗੌਰਮੈਂਟ ਕਰ ਰਹੀ ਹੈ ਬਹੁਤ ਮਾੜਾ ਕੰਮ ਕਰ ਰਹੀ ਆ। ਵੀ ਅਸੀਂ ਜਿਹੜੇ ਕਿਸਾਨ ਆਪਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨਹੀਂ, ਜੇ ਅਸੀਂ ਆਪਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ। ਪਰ ਜੇ ਕੋਈ ਬਹਿ ਕੇ ਸਾਡੇ ਨਿਬੜਦੇ ਅਸੀਂ ਬਹਿ ਕੇ ਨਿਬੜਨ ਨੂੰ ਤਿਆਰ ਸੀ, ਪਰ ਇਹਨਾਂ ਦੇ ਗੁੰਡੇ ਛੱਡੇ, RSS ਦੇ ਬੰਦਿਆਂ ਨੇ ਜਿਹੜਿਆਂ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ
ਅਤੇ ਹੋਰ ਵੀ ਕਰੀ ਜਾਂਦੇ ਆ। ਅਸੀਂ ਗਾਂ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ, ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ। ਹੋਰ ਅਸੀਂ ਪਿੰਡ ਮਨਸੂਰ ਦੇ ਤਾਂ ਬੋਲਦੇ ਹਾਂ ਵੀ ਜੋ ਵੀ ਅੱਜ ਗੁਰਜੰਟ ਸਿੰਘ ਦੀ ਮੌਤ ਹੋਈ ਆ, ਅਸੀਂ ਇੱਥੇ ਬਹੁਤ ਦੁੱਖ ਪ੍ਰਗਟ ਕਰਦੇ ਹਾਂ, ਬਹੁਤ ਮਾੜੀ ਹੋਈ ਆ। ਗਰੀਬ ਘਰ ਦਾ ਬੱਚਾ ਸੀਗਾ, ਨਿੱਕੇ ਨਿੱਕੇ ਦੇ ਬੱਚੇ ਆ, ਅਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਵੱਧ ਤੋਂ ਵੱਧ। ਅਤੇ ਜਿਹੜੇ ਬੰਦੇ ਨੇ ਦੂਜਾ ਕੋਈ ਅਣਗਹਿਲੀ ਕੀਤੀ ਟਰੱਕ ਵਾਲੇ ਨੇ, ਉੱਥੇ ਪਰਚਾ ਵੀ ਹੋਣਾ ਚਾਹੀਦਾ।